ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਜਿਹੜੀ ਪਹਿਲੀ ਖਬਰ ਆ ਉਹ ਤੁਹਾਡੇ ਨੇੜੇ ਤੋਂ ਆ, ਜਾਣੀ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ, ਉਹਦੇ ਨਾਲ ਸੰਬੰਧਿਤ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਇਲਜ਼ਾਮ ਉਦੋਂ ਵੀ ਲੱਗਦੇ ਰਹੇ ਜਿਹੜੀ ਭਗਵੰਤ ਮਾਨ ਸਰਕਾਰ 'ਤੇ, ਕਿਉਂਕਿ ਜਿਹੜਾ ਭਗਵੰਤ ਮਾਨ ਦਾ ਮੀਡੀਆ ਸਲਾਹਕਾਰ ਆ ਸਾਡਾ ਕਲੀਗ ਹੀ ਜੀ ਬਲਤੇਜ ਸਿੰਘ ਪੰਨੂ, ਉਹਨੇ ਜਿਹੜੀ ਖਬਰ ਆ ਉਹ ਰਿਲੀਜ਼ ਕੀਤੀ ਸੀਗੀ। ਉਸ ਖਬਰ ਤੋਂ ਬਾਅਦ ਸਾਰਾ ਪੁਆੜਾ ਪਿਆ, ਉਹਦਾ ਕਤਲ ਹੋਇਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਹੁਣ ਉਹਦੇ ਨਾਲ ਗਨਮੈਨ ਘੱਟ ਗਏ। ਉਦੋਂ ਕਾਫੀ ਇਲਜ਼ਾਮ ਲੱਗਦੇ ਰਹੇ, ਸਿੱਧੇ ਹੀ ਜਿਹੜਾ ਮੂਸੇਵਾਲੇ ਦੇ ਪਿਓ ਨੇ ਇਲਜ਼ਾਮ ਲਾ ਦਿੱਤਾ ਸੀ, ਬਲਤੇਜ ਪੰਨੂ ਨੇ ਹੀ ਅਹਿਮ ਰੋਲ ਨਿਭਾਇਆ। ਹੁਣ ਵੀ ਇੱਕ ਖਬਰ ਆਈ ਹੈ ਕਿ ਮੂਸੇਵਾਲੇ ਦੇ ਕਤਲ ਕੇਸ 'ਚ ਸ਼ਾਮਿਲ ਕੋਈ ਸ਼ਖਸ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਲਈ ਕੰਮ ਕਰ ਰਿਹਾ ਜੀ, ਇਹ ਕਿਹੜਾ ਭੱਦਰ ਪੁਰਸ਼ ਹੈ? ਇਹ ਅਸਲ ਦੇ ਵਿੱਚ ਪਿਛਲੇ ਦਿਨੀ ਦੋ ਇੱਕ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਾਂ ਇੱਕ ਮੀਡੀਆ ਦੇ ਵਿੱਚ ਉਹਨਾਂ ਨੇ ਆਪਣੀ ਵੀਡੀਓ ਪਾਈ ਹੈ, ਮਿਸਟਰ ਸੁਖਪਾਲ ਸਿੰਘ ਖਹਿਰਾ ਜਿਹੜੇ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ, ਕੁਝ ਉਹਨਾਂ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਆਹ ਬੰਦਾ ਜੀ ਦਾ ਨਾਂ ਜੋਬਨਜੀਤ ਉਰਫ ਜੁਗਨੂ ਹੈ, ਇਹ ਮਿਸਟਰ ਜਿਹੜੇ ਮੀਤ ਹੇਅਰ ਹੈ ਉੱਥੇ ਦੇ ਕਾਂਗਰਸ ਦੇ ਆਪਣੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਵਜ਼ੀਰ ਵੀ ਹੈ ਭਗਵੰਤ ਮਾਨ ਦੀ ਵਜ਼ਾਰਤ ਦੇ ਵਿੱਚ, ਇਹਨਾਂ ਦੇ ਨਾਲ ਇਸ ਬੰਦੇ ਦੀ ਨੇੜਤਾ ਹੈ। ਕਹਿੰਦੇ ਵੀ ਇਹ ਵਿਆਹਾਂ ਦੇ ਵਿੱਚ ਵੀ ਇੱਕ ਦੂਜੇ ਦੇ ਆਉਂਦੇ ਜਾਂਦੇ ਹੈ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵੇਲੇ ਉਹ ਸੰਗਰੂਰ ਹਲਕੇ ਤੋਂ ਜੋਬਨਜੀਤ ਉਰਫ ਜੁਗਨੂ ਮੀਤ ਹੇਅਰ ਵਾਸਤੇ ਕੰਮ ਕਰਦਾ ਹੈ ਤੇ ਮੀਤ ਹੇਅਰ ਇਹਦੇ ਬਾਰੇ ਜਵਾਬ ਦੇਵੇ ਵੀ ਹੈ ਕੌਣ। ਦੂਜਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ ਜੋ ਬਲਕੌਰ ਸਿੰਘ ਤੋਂ ਇਨਫੋਰਮੇਸ਼ਨ ਮਿਲੀ ਹੈ ਜਾਂ ਜਿਹੜਾ ਚਾਰਜਸ਼ੀਟ ਦਾਇਰ ਹੋਈ ਹੈ ਐਫ ਆਈ ਆਰ ਹੈ ਉਹਦੇ ਵਿੱਚ ਇਸ ਬੰਦੇ ਦਾ ਨਾਂ ਸ਼ਾਮਿਲ ਕੀਤਾ ਹੋਇਆ। ਮੇਰੇ ਖਿਆਲ ਮੁਤਾਬਕ ਜਿਹੜਾ ਉਹਨਾਂ ਨੇ ਕਿਹਾ ਕਿ ਨਾਂ ਸ਼ਾਮਿਲ ਕੀਤਾ ਹੋਇਆ ਤੇ ਇਹਦੇ ਖਿਲਾਫ਼ ਚਾਰਜਸ਼ੀਟ ਦਾਇਰ ਹੋਈ ਵੀ ਹੈ, ਇਹ ਗੱਲ ਉਹਨਾਂ ਨੇ ਕਹਿਤੀ ਤੇ ਗ੍ਰਿਫ਼ਤਾਰੀ ਇਹਦੀ ਹੋਈ ਨਹੀਂ। ਇਹਦੇ ਤੇ ਉਹਨੇ ਕਿਹਾ ਵੀ ਤੁਸੀਂ ਜਵਾਬ ਦਿਓ ਤੇ ਮੀਤ ਹੇਅਰ ਸਾਹਿਬ ਦਾ ਕੱਲ੍ਹ ਜਵਾਬ ਆ ਗਿਆ। ਕਹਿੰਦੇ ਜੀ ਸੁਖਪਾਲ ਖਹਿਰਾ ਜਿਹੜੇ ਹੈਗੇ ਇਹਨਾਂ ਨੂੰ ਪੋਸਟਾਂ ਪਾਉਣ ਦੀ ਆਦਤ ਹੈ, ਇਹਨਾਂ ਨੂੰ ਕਹਿੰਦੇ ਪੋਸਟਾਂ ਇਸ ਤਰ੍ਹਾਂ ਪਾਉਣੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਕਹਿੰਦੇ ਵੀ ਜੋਬਨਜੀਤ ਉਰਫ ਜੁਗਨੂ ਦਾ ਤਾਂ ਇਸ ਕੇਸ ਨਾਲ ਲਾਗਾ ਤੇ ਗਈ ਹੈ ਨੀ। ਕਹਿੰਦੇ ਇਹ ਵੀ ਜਿਹੜੀ ਚਾਰਜਸ਼ੀਟ ਦਾਇਰ ਹੋਈ ਹੈ ਚਾਰਜਸ਼ੀਟ ਦੇ ਵਿੱਚ ਜੋਬਨਜੀਤ ਉਰਫ ਜੁਗਨੂ ਦਾ ਨਾਂ ਬਿਲਕੁਲ ਨਹੀਂ ਹੈ, ਔਰ ਜਿਹੜੀ ਉਹਨਾਂ ਨੇ ਦਿਖਾਈ ਹੈ ਕਹਿੰਦੇ ਵੀ ਖਾਨਾ ਨੰਬਰ 2 ਚ ਪਾਇਆ ਹੋਇਆ। ਖਾਨਾ ਨੰਬਰ 2 ਕੀ ਹੁੰਦੀ ਹੈ ਜੀ? ਖਾਨਾ ਨੰਬਰ 2 ਦੇ ਵਿੱਚ ਪੁਲਿਸ ਆਪਣੇ ਵੱਲੋਂ ਕਹਿ ਦਿੰਦੀ ਹੈ ਕਿ ਬੰਦਾ ਬੇਗੁਨਾਹ ਹੈ, ਪਰ ਉਹਦਾ ਮਤਲਬ ਇਹ ਨਹੀਂ ਕਿ ਬੰਦਾ ਬਿਲਕੁਲ ਬੇਗੁਨਾਹ ਹੋ ਜਾਂਦਾ ਹੈ। ਖਾਨਾ ਨੰਬਰ 2 ਦੇ ਵਿੱਚ ਪਾ ਕੇ ਜਦੋਂ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ ਉਹ ਕੋਰਟ 'ਚ ਜਾਂਦੀ ਹੈ, ਫਿਰ ਕੋਰਟ ਦੇ ਵਿੱਚ ਕੋਰਟ ਦੇਖਦੀ ਹੈ ਵੀ ਇਹ ਬੰਦੇ ਦੇ ਖਿਲਾਫ਼ ਕੋਈ ਐਵੀਡੈਂਸ ਹੈ ਕਿ ਨਹੀਂ ਹੈ। ਅਗਰ ਉਸ ਬੰਦੇ ਦੇ ਖਿਲਾਫ਼ ਐਵੀਡੈਂਸ ਹੈ, ਉਹਦੇ ਖਿਲਾਫ਼ ਕੋਈ ਬਿਆਨ ਆ ਜਾਂਦਾ ਤੇ ਕੋਰਟ ਨਾਲ ਦੀ ਨਾਲ ਉਹ ਬੰਦੇ ਨੂੰ ਫਿਰ ਤਲਬ ਕਰ ਲੈਂਦੀ ਹੈ। ਮਤਲਬ ਇਹ ਨਹੀਂ ਕਿ ਜੇ ਖਾਨਾ ਨੰਬਰ 2 ਦੇ ਵਿੱਚ ਪਾਤਾ ਤਾਂ ਉਹ ਬੰਦਾ ਬੇਗੁਨਾਹ ਹੋ ਗਿਆ। ਅਗਲੀ ਗੱਲ ਜਿਹੜੀ ਉਹਦੇ 'ਚ ਲਿਖੀ ਵੀ ਹੈ, ਉਹਨਾਂ ਨੇ ਲਿਖਿਆ ਕਿ ਬੰਦੇ ਦਾ ਨਾਂ ਹੈ, ਨਾਮਜ਼ਦ ਕੀਤਾ ਹੋਇਆ ਇਹਨੂੰ, ਲੇਕਿਨ ਇਹਦੀ ਗ੍ਰਿਫ਼ਤਾਰੀ ਨਹੀਂ ਪਾਈ ਹੋਈ। ਇਹ ਪੁਲਿਸ ਨੇ ਕਿਹਾ ਗ੍ਰਿਫ਼ਤਾਰੀ ਨਹੀਂ ਹੋਈ, ਇਹਦਾ ਮਤਲਬ ਹੈ ਜੇ ਗ੍ਰਿਫ਼ਤਾਰੀ ਨਹੀਂ ਹੋਈ ਤਾਂ ਬੇਗੁਨਾਹ ਤਾਂ ਉਹ ਹੈ ਨਹੀਂ ਗਾ। ਤੁਸੀਂ ਗ੍ਰਿਫ਼ਤਾਰੀ ਹੋਈ ਨਹੀਂ ਜਾਂ ਕੀਤੀ ਨਹੀਂ, ਅਸੀਂ ਸਾਡੇ ਦੇਸ਼ ਦੇ ਵਿੱਚ ਪੁਲਿਸ ਦਾ ਤੰਤਰ ਕਿਵੇਂ ਕੰਮ ਕਰਦਾ ਹੈ, ਸਾਡੇ ਬਹੁਤ ਸਾਰੇ ਦਰਸ਼ਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ, ਮੈਂ ਤਾਂ ਬੜਾ ਭੁਗਤ ਭੋਗੀ ਇਹਨਾਂ ਗੱਲਾਂ ਦਾ। ਇਹਦੇ 'ਚ ਕੀ ਹੁੰਦਾ ਵੀ ਜੇ ਤੁਹਾਡੀ ਸਰਕਾਰੀ ਦਰਬਾਰੇ ਪਹੁੰਚ ਹੈਗੀ ਹੈ, ਤੁਸੀਂ ਭਾਵੇਂ 10 ਕਤਲ ਕੀਤੇ ਹੋਣ, ਉਹ ਕਹਿੰਦੇ ਜੀ ਇਹ ਬੰਦੇ ਦੇ ਖਿਲਾਫ਼ ਕੋਈ ਐਵੀਡੈਂਸ ਨਹੀਂ ਮਿਲੀ, ਲਓ ਐਫ ਆਈ ਆਰ ਅਸੀਂ ਇਹਦੇ ਖਿਲਾਫ਼ ਦਰਜ ਕਰਤੀ ਸੀ, ਤੈਨੂੰ ਖਾਨਾ ਨੰਬਰ 2 'ਚ ਪਾਤਾ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਹਾਂ ਚੰਦੀ ਸਾਹਿਬ ਜਦੋਂ ਪੁਲਿਸ ਗੋਲੀ ਚਲਾਉਂਦੀ ਹੈ ਜਾਂ ਕੋਈ ਵੱਡੇ ਬੰਦੇ ਗੋਲੀਆਂ ਮਾਰਦੇ ਆ, ਇਹ ਨਹੀਂ ਕਿ ਉਹਨਾਂ ਦੇ ਖਿਲਾਫ਼ ਐਫ ਆਈ ਆਰ ਦਰਜ ਨਹੀਂ ਹੁੰਦੀ। ਲੋਕ ਜਦੋਂ ਪ੍ਰੈਸ਼ਰ ਬਿਲਡ ਕਰਦੇ ਆ, ਜਲਸੇ ਜਲੂਸ ਮੁਜ਼ਾਹਰੇ ਹੁੰਦੇ ਆ, ਘਰਾਓ ਹੁੰਦੇ ਆ, ਸੜਕਾਂ 'ਤੇ ਜਾਮ ਲੱਗਦੇ ਹੈ,
ਉਦੋਂ ਪੁਲਿਸ ਕੋਲੇ ਖੈੜਾ ਚੜਾਉਣ ਦਾ ਇੱਕੋ ਇੱਕ ਤਰੀਕਾਕਾਰ ਹੁੰਦਾ, ਲਿਆਓ ਜੀ ਐਫ ਆਈ ਆਰ ਦਰਜ ਕਰ ਦੇਣੀ। ਐਫ ਆਈ ਆਰ ਦਰਜ ਕਰਨ ਤੋਂ ਬਾਅਦ ਕਹਿੰਦੇ ਜੀ ਤਫਤੀਸ਼ ਕੀਤੀ ਹੈ, ਤਫਤੀਸ਼ ਦੇ ਵਿੱਚ ਇਸ ਬੰਦੇ ਦੇ ਖਿਲਾਫ਼ ਕੋਈ ਗਵਾਹੀ ਨਹੀਂ ਆਈ, ਕੋਈ ਸਬੂਤ ਨਹੀਂ ਆਈ, ਇਸ ਕਰਕੇ ਅਸੀਂ ਇਹਨੂੰ ਖਾਨਾ ਨੰਬਰ 2 'ਚ ਪਾ ਦਿੰਦੇ ਹਾਂ। ਲੇਕਿਨ ਮੈਂ ਬਹੁਤ ਸਾਰੇ ਬੰਦੇ ਇਹੋ ਜਿਹੇ ਦੇਖੇ ਆ ਜਿਹਨਾਂ ਨੂੰ ਖਾਨਾ ਨੰਬਰ 2 'ਚ ਪਾਇਆ ਅਤੇ ਉਹਨਾਂ ਨੂੰ ਉਮਰ ਕੈਦਾਂ ਵੀ ਹੋਈਆਂ ਵੀ, ਕਿਉਂਕਿ ਪੁਲਿਸ ਨੇ ਖਾਨਾ ਨੰਬਰ 2 'ਚ ਪਾਤਾ, ਜਿਹੜੇ ਗਵਾਹ ਗਵਾਹ ਤਾਂ ਸਟੈਂਡ ਕਰਦੇ। ਬਸ ਇੰਨਾ ਕੁ ਫਰਕ ਹੈ ਕਿ ਜਿਹਨੂੰ ਖਾਨਾ ਨੰਬਰ 2 'ਚ ਪਾਤਾ ਉਹ ਇਮੀਡੀਏਟ ਜੇਲ੍ਹ ਨਹੀਂ ਜਾਂਦਾ। ਇਹਦੇ 'ਤੇ ਆ ਕੇ ਹੁਣ ਜਿਹੜਾ ਬੜਾ ਕਲੇਸ਼ ਪਿਆ ਹੋਇਆ ਹੈ, ਉਹ ਕਹਿੰਦੇ ਉਹ ਝੂਠ ਬੋਲਦਾ, ਉਹ ਕਹਿੰਦਾ ਮੈਂ ਸੱਚ ਕਹਿੰਦਾ, ਤੁਸੀਂ ਦੱਸੋ ਕੀ ਹੈ। ਸਵਾਲ ਇਹ ਪੈਦਾ ਹੁੰਦਾ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ ਗਈ ਹੈ, ਸਿਕਿਉਰਿਟੀ ਘਟਾਉਣ ਤੋਂ ਤੁਰੰਤ ਬਾਅਦ ਇੱਕ ਪ੍ਰੈਸ ਨੋਟ ਜਾਰੀ ਹੁੰਦਾ, ਉਹ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਨਾ ਜੀ, ਇੱਥੇ ਥੋੜ੍ਹਾ ਜਿਹਾ ਫਰਕ ਹੈ ਇਸ ਗੱਲ ਦਾ ਕਿ ਉਹ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਜਿਹੜੀ ਇੱਕ ਪ੍ਰਤੀਨਿਧੀ ਸੀ ਇੱਥੇ ਉਹਨੇ ਜਾਰੀ ਕੀਤਾ, ਉਹ ਹੈਗਾ ਉਹਦਾ ਨਾਂ ਕੁੜੀ ਦਾ ਆਇਸ਼ੀ ਹੈ, ਆਇਸ਼ੀ ਆਇਸ਼ੀ ਹੈ, ਜਿਹੜੀ ਟੀਮ ਇਹਨਾਂ ਨੇ ਮੀਡੀਆ ਵਾਲੀ ਇੱਥੇ ਚੰਡੀਗੜ੍ਹ 'ਚ ਬਿਠਾਈ ਹੋਈ ਹੈ, ਜਿਹਨਾਂ ਨੂੰ ਪਣ ਮੀਡੀਆ ਦੇ ਰਾਹੀਂ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ। ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿਹੜਾ ਉਹਨੂੰ ਡਿਫੰਕਟ ਕਰਕੇ ਰੱਖਦਾ ਇਹਨਾਂ ਨੇ, ਉਹਨਾਂ ਕੋਲ ਕਰਮਚਾਰੀ ਹੈ, ਉਹਨਾਂ ਕੋਲ ਪੀ ਆਰ ਓ, ਉਹਨਾਂ ਕੋਲ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਬੜਾ ਕੁਛ ਆ ਉਹਨਾਂ ਕੋਲ, ਬੜਾ ਅਮਲਾ ਫੈਲਾ ਹੈ। ਪਰ ਉਸ ਅਮਲੇ ਫੈਲੇ 'ਤੇ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਇਹਨਾਂ ਨੂੰ ਵਿਸ਼ਵਾਸ ਦਿੱਲੀ ਵਾਲਿਆਂ 'ਤੇ ਹੈ। ਜਿਵੇਂ ਪਹਿਲਾਂ ਇੱਕ ਮਾਨਕ ਅਗਰਵਾਲ ਦੀ ਗੱਲ ਆਈ ਸੀ ਕਿ ਬੰਦਾ ਸੈਕਰੇਟਰੀਏਟ ਦੇ ਵਿੱਚ ਬਹਿੰਦਾ ਹੈ, ਉਹ ਸਧਾਰਨ ਆਦਮੀ, ਅੱਜ ਕੱਲ੍ਹ ਤਾਂ ਉਹਨੂੰ ਮੇਰਾ ਖਿਆਲ ਹੈ ਕੋਈ ਥੋੜ੍ਹੀ ਜਿਹੀ ਕਾਨੂੰਨੀ ਪੋਜੀਸ਼ਨ ਵੀ ਦੇ ਦਿੱਤੀ ਹੈ, ਉਹ ਚੀਫ ਸੈਕਟਰੀ ਅਤੇ DGP ਦੀਆਂ ਮੀਟਿੰਗਾਂ ਦੇ ਵਿੱਚ ਬਹਿੰਦਾ, ਉਹ ਫਾਈਲਾਂ ਦੇਖਦਾ, ਔਰ ਉਹ ਕਿਹਦੇ ਵਾਸਤੇ ਕੰਮ ਕਰਦਾ, ਉਹ ਰਾਘਵ ਚੱਡਾ ਔਰ ਕੇਜਰੀਵਾਲ ਵਾਸਤੇ ਕੰਮ ਕਰਦਾ। ਇਸੇ ਤਰੀਕੇ ਇਹਨਾਂ ਨੇ ਜਿਹੜੀ ਇੱਕ ਟੀਮ ਇੱਥੇ ਬਹਾਈ ਹੈ ਨਾ ਮੀਡੀਆ ਵਾਲੀ, ਉਹ ਮੀਡੀਆ ਵਾਲੀ ਟੀਮ ਨੇ ਉਹ ਜਾਰੀ ਕੀਤੀ। ਬਲਤੇਜ ਪੰਨੂ ਨੇ ਜਿਹੜਾ ਉਹਨੇ ਪ੍ਰੈਸ ਨੋਟ ਜਾਰੀ ਕੀਤਾ, ਉਹਨੇ ਨਾਲ ਦੀ ਨਾਲ ਆਪਣੀ ਫੇਸਬੁੱਕ 'ਤੇ ਪਾਤਾ। ਹੁਣ ਜਿਹੜਾ ਬੇਚਾਰਾ ਬਲਕੌਰ ਸਿੰਘ ਆ, ਬਲਕੌਰ ਸਿੰਘ ਨੂੰ ਤਾਂ ਇਕੱਲਾ ਬਲਤੇਜ ਪੰਨੂ ਦਿਸੀ ਜਾਂਦਾ ਕਿ ਜੀ ਆਹ ਦੇਖੋ ਬਲਤੇਜ ਪੰਨੂ ਨੇ ਆਪਣੀ ਜਿਹੜੀ ਹੈਗੀ ਹੈ ਫੇਸਬੁੱਕ 'ਤੇ ਪਾਤਾ। ਮੈਂ ਨਹੀਂ ਕਹਿੰਦਾ ਕਿ ਬਲਤੇਜ ਪੰਨੂ ਨੇ ਕਾਲੀ ਨਹੀਂ ਕੀਤੀ, ਮੈਂ ਉਹਨੂੰ ਕੋਈ ਬੇਗੁਨਾਹ ਨਹੀਂ ਸਾਬਤ ਕਰਦਾ, ਪਰ ਸਵਾਲ ਇਹ ਹੈ ਕਿ ਜਿਹੜੀ ਅਸਲ ਜ਼ਿਆਦਾ ਅਸਲ ਜੜ ਤਾਂ ਦਿੱਲੀ ਵਾਲਾ ਤੱਕ ਵੀ ਜਾਂਦੀ ਹੈ ਕਿ ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ, ਸਿਕਿਉਰਿਟੀ ਪੁਲਿਸ ਨੇ ਘਟਾਈ, ਉਹ ਪੁਲਿਸ ਦੇ ਕੋਲ ਰਿਕਾਰਡ ਹੈ, ਜਿਹੜਾ ਪੁਲਿਸ ਦਾ ਸਿਕਿਉਰਿਟੀ ਡਿਪਾਰਟਮੈਂਟ ਹੈ ਜਿਹੜਾ ਅੰਦਰ ਇੱਕ DGP ਦੇ ਦਫ਼ਤਰ ਦੇ ਵਿੱਚ ਇੱਕ ਸਿਕਿਉਰਿਟੀ ਵਿੰਗ ਹੁੰਦਾ ਹੈ, ਸਿਕਿਉਰਿਟੀ ਵਿੰਗ ਦਾ ਮੁਖੀ ਵੀ ਇੱਕ ADGP ਜਾਂ DGP ਲੈਵਲ ਦਾ ਬੰਦਾ ਹੁੰਦਾ ਹੈ, ਉਹਨੇ ਸਾਰੇ ਕਿਹਨੂੰ ਸਿਕਿਉਰਿਟੀ ਦੇਣੀ ਹੈ ਕਿਹਨੂੰ ਸਿਕਿਉਰਿਟੀ ਨਹੀਂ ਦੇਣੀ, ਇੰਟੈਲੀਜੈਂਸ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਫੈਸਲੇ ਉਹਨੇ ਕਰਨੇ ਹੁੰਦੇ ਹੈ। ਜਿਹੜਾ ਫੈਸਲਾ DGP ਦਫ਼ਤਰ ਨੇ ਕੀਤਾ ਹੋਇਆ ਹੈ, ਉਹ ਫੈਸਲਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਪਨ ਮੀਡੀਆ ਹੈ, ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਟੀਮ ਬਿਠਾਈ ਹੋਈ ਹੈ, ਉਹਦੇ ਕੋਲ ਕਿਵੇਂ ਚਲਾ ਗਿਆ, ਵੱਡਾ ਮਾਮਲਾ ਇਹ ਹੈ, ਇਹਦੇ 'ਤੇ ਪੜਤਾਲ ਹੋਣੀ ਚਾਹੀਦੀ ਹੈ। ਇਸ ਕਰਕੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਦੇਵਬੰਦ ਤੋਂ ਬਲਕੌਰ ਸਿੰਘ ਇਸ ਗੱਲ 'ਤੇ ਕੂਕਦਾ ਹੈ, ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਹੁਣ ਇਲੈਕਸ਼ਨ ਚੱਲ ਰਹੀ ਹੈ, ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਈ ਸੀ ਕਿ ਬਲਕੌਰ ਸਿੰਘ ਨੂੰ ਚੋਣਾਂ 'ਚ ਖੜੇ ਹੋ ਜਾਣਾ ਚਾਹੀਦਾ, ਉਹਨਾਂ ਦੇ ਸਮਰਥਕ ਕੁਝ ਕਹਿੰਦੇ ਸੀ ਚੋਣਾਂ 'ਚ ਖੜੇ ਹੋ ਜਾਣਾ ਚਾਹੀਦਾ, ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਬਲਕੌਰ ਸਿੰਘ ਹੋਣਾ ਨੂੰ ਇਸ ਜਿਹੜਾ ਹੈਗਾ ਖਲ ਜਗਨ ਤੋਂ ਦੂਰ ਰਹਿਣਾ ਚਾਹੀਦਾ। ਬਲਕੌਰ ਸਿੰਘ ਨੂੰ ਹਾਲਾਂਕਿ ਆਫਰ ਕੀਤੀ ਸੀ, ਕਈਆਂ ਪਾਰਟੀਆਂ ਨੇ ਕੀਤੀ ਸੀ ਚੋਣ ਲੜ ਲਓ, ਇੱਕ ਵਾਰੀ ਵਿਚਾਰਾ ਉਹ ਕਹਿ ਵੀ ਬੈਠਾ ਸੀ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਪਾਵਰ ਨਾ ਹੋਵੇ ਕੋਈ ਤੁਹਾਡੀ ਸੁਣਵਾਈ ਨਹੀਂ ਕਰਦਾ। ਤੁਸੀਂ ਦੇਖੋ ਕਿ ਕਿਹੜੇ 2 ਸਾਲ ਦੇ ਤੋਂ ਉੱਪਰ ਦਾ ਟਾਈਮ ਹੋ ਗਿਆ ਵਿਚਾਰੇ ਦਾ ਕਤਲ ਹੋਏ ਨੂੰ, ਉਹ ਕਹਿੰਦਾ ਮੈਂ ਦਰ ਦਰ ਠੋਕਰਾਂ ਖਾਂਦਾ ਫਿਰਦਾ, ਮੈਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਤੇ ਜੇ ਮੈਂ ਕੋਈ MP ਹੁੰਦਾ, ਕੋਈ MLA ਹੁੰਦਾ, ਜਿਵੇਂ ਕਿ ਬੇਅੰਤ ਸਿੰਘ ਦੇ ਕਤਲ ਕੇਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ, ਜਦੋਂ ਕਿ ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਇਹ ਐਲਾਨ ਕਰਤਾ ਸੀ ਕਿ ਅਸੀਂ ਇਹਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿਆਂਗੇ, ਔਰ ਉਮਰ ਕੈਦ ਤੋਂ ਵੱਧ ਉਹ ਸਜ਼ਾ ਕੱਟੀ ਬੈਠੇ ਤੇ ਉਹਨਾਂ ਨੇ ਰਿਹਾ ਹੋ ਜਾਣਾ ਸੀ।
ਪਰ ਉਹਨਾਂ ਨੂੰ ਰਿਹਾ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ? ਉਹ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹਦਾ ਪੋਤਰਾ ਪਾਰਲੀਮੈਂਟ ਦਾ ਮੈਂਬਰ ਸੀ, ਨਵਨੀਤ ਮਿੱਟੂ ਅੱਜ ਵੀ ਉਹ ਪਾਰਲੀਮੈਂਟ ਦਾ ਮੈਂਬਰ ਹੈ। ਜਦੋਂ ਵੀ ਉਹਨੂੰ ਛੱਡਣ ਦੀ ਗੱਲ ਆਉਂਦੀ ਸੀ ਉਦੋਂ ਮਿੱਟੂ ਰੌਲਾ ਪਾ ਲੈਂਦਾ ਸੀ, ਔਰ ਭਾਰਤੀ ਜਨਤਾ ਪਾਰਟੀ ਵੀ ਇਸ ਗੱਲ ਤੋਂ ਡਰਦੀ ਸੀ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਆਪਾਂ ਕੋਈ ਕਹਿ ਦਈਏ ਵੀ ਬੇਅੰਤ ਸਿੰਘ ਨਾਲ ਕੋਈ ਬਹੁਤਾ ਮੋਹ ਹੈ ਜਾਂ ਰਾਜੋੜਾ ਨਾਲ ਕੋਈ ਬਹੁਤਾ ਮੋਹ ਹੈ, ਉਹ ਨਹੀਂ ਹੈ। ਭਾਰਤੀ ਜਨਤਾ ਪਾਰਟੀ ਇਸ ਗੱਲ ਤੋਂ ਡਰਦੀ ਸੀ ਕਿ ਜੇ ਅਸੀਂ ਇਹ ਛੱਡਤਾ ਤਾਂ ਸਾਰੇ ਦੇਸ਼ ਦੇ ਵਿੱਚ ਇਹ ਜਾਊ ਕਿ ਜੀ ਇਹਨਾਂ ਨੇ ਆਹ ਦੇਖੋ ਮੁੱਖ ਮੰਤਰੀ ਦੇ ਕਾਤਲਾਂ ਨੂੰ ਛੱਡਤਾ। ਉਹਦੇ ਤੇ ਮੈਂ ਬਲਕੌਰ ਸਿੰਘ ਦੀ ਉਦੋਂ ਇੱਕ ਤਕਰੀਰ ਸੁਣੀ ਸੀ, ਉਹ ਕਹਿੰਦਾ ਵੀ ਕਾਸ਼ ਜਿਵੇਂ ਬੇਅੰਤ ਸਿੰਘ ਦਾ ਪੋਤਰਾ ਪਾਰਲੀਮੈਂਟ ਦਾ ਮੈਂਬਰ ਹੈ, ਜੇ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਬੰਦੇ ਕੋਲ ਤਾਕਤ ਨਹੀਂ ਤਾਂ ਮੇਰੇ ਮੁੰਡੇ ਨੂੰ ਹੁਣ ਤੱਕ ਇਨਸਾਫ਼ ਕਿਉਂ ਨਹੀਂ ਮਿਲਣਾ? ਇਹ ਮਿਲਣਾ ਚਾਹੀਦਾ ਸੀ। ਉਹਨੇ ਕਿਹਾ ਮੈਂ ਵੇਖੂਗਾ ਆਪਦੇ ਸੱਜਣਾਂ ਨਾਲ ਗੱਲ ਕਰੂੰ, ਪਰ ਉਹਨੇ ਚੋਣ ਨਹੀਂ ਲੜੀ। ਹੁਣ ਅਗਲੀ ਗੱਲ ਹੈ ਕਿ ਚੋਣ ਉਹਨੇ ਨਹੀਂ ਲੜੀ, ਉਹਦੇ ਕੋਲ ਲੋਕ ਹਮਾਇਤ ਲੈਣ ਵਾਸਤੇ ਆਉਂਦੇ ਹੈ। ਕੱਲ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੈ ਜਿਹੜਾ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਉਹ ਆਪਦੀ ਟੀਮ ਦੇ ਨਾਲ ਬਲਕੌਰ ਸਿੰਘ ਸਿੱਧੂ ਨੂੰ ਮਿਲਣ ਵਾਸਤੇ ਗਿਆ, ਔਰ ਉੱਥੇ ਚੰਦੀ ਸਾਹਿਬ ਉਹਨੇ ਇੱਕ ਚਿੱਠੀ ਤਿਆਰ ਕੀਤੀ ਹੋਈ ਹੈ। ਬਲਕੌਰ ਸਿੰਘ ਸਿੱਧੂ ਦੇ ਕੋਲ ਇੱਕ ਚਿੱਠੀ ਪਈ ਹੈ, ਉਹ ਚਿੱਠੀ ਜਦੋਂ ਗਿਆ ਜੀਤ ਮਹਿੰਦਰ ਸਿੱਧੂ ਨੇ ਉਹਨੂੰ ਚਿੱਠੀ ਪੜਾ ਸੀ ਵੀ ਆਹ ਚਿੱਠੀ ਪੜ, ਇਹ ਚਿੱਠੀ ਨੂੰ ਪੜ, ਇਸ ਚਿੱਠੀ ਦੇ ਵਿੱਚ ਜਿਹੜੇ ਮੈਂ ਨੁਕਤੇ ਉਠਾਏ ਆ ਉਹ ਨੁਕਤੇ ਜਾਂਚ ਦੀ ਮੰਗ ਕਰਦੇ ਆ, ਉਹ ਨੁਕਤੇ ਇਨਸਾਫ਼ ਦੇਣ ਦੀ ਗੱਲ ਕਰਦੇ ਆ, ਤੇ ਇਹਨਾਂ ਨੁਕਤਿਆਂ 'ਚ ਗੱਲ ਕਰੋ। ਮੈਨੂੰ ਨੀ ਪਤਾ ਵੀ ਜੀਤ ਮਹਿੰਦਰ ਸਿੱਧੂ ਨੇ ਉਹਨੂੰ ਕੀ ਭਰੋਸਾ ਦਵਾਇਆ, ਪਰ ਕਿਉਂਕਿ ਚਿੱਠੀ ਸ਼ਾਇਦ ਤੁਹਾਡੇ ਕੋਲੇ ਵੀ ਪਹੁੰਚ ਗਈ ਹੋਵੇ, ਸੋਸ਼ਲ ਮੀਡੀਆ ਤੇ ਚਿੱਠੀ ਵਾਇਰਲ ਹੋ ਗਈ ਹੈ, ਮਤਲਬ ਇਹਦਾ ਇਹ ਹੈ ਕਿ ਜੇ ਬਲਕੌਰ ਸਿੰਘ ਸਿੱਧੂ ਨੇ ਇੱਕ ਥਾਂ ਦੇ ਉੱਤੇ ਇੱਕ ਕੈਂਡੀਡੇਟ ਨੂੰ ਚਿੱਠੀ ਦਿੱਤੀ ਹੈ, ਕੱਲ ਨੂੰ ਉਹਦੇ ਕੋਲ ਕੋਈ ਅਕਾਲੀ ਦਲ ਦਾ ਕੈਂਡੀਡੇਟ ਵੀ ਜਾ ਸਕਦਾ ਹੈ, ਪਰਸੋਂ ਉਹਦੇ ਕੋਲੇ ਬੀਜੇਪੀ ਦਾ ਕੈਂਡੀਡੇਟ ਵੀ ਜਾ ਸਕਦਾ ਹੈ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੁਡੀਆ ਸਾਹਿਬ ਵੀ ਜਾ ਸਕਦੇ ਆ, ਫਿਰ ਉਹ ਚਿੱਠੀ ਉਹਨੂੰ ਵੀ ਦੇਊਗਾ। ਜਿਹੜੇ ਉਹਨੇ ਸਵਾਲ ਉਠਾਏ ਆ ਉਹ ਸਵਾਲ ਧਿਆਨ ਮੰਗਦੇ ਆ ਕਿ ਉਹਨਾਂ ਸਵਾਲਾਂ ਦੇ ਵੱਲ ਜਵਾਬ ਜਿਹੜਾ ਦਿੱਤਾ ਜਾਵੇ, ਔਰ ਉਹ ਸਵਾਲ ਦਿੱਤੇ ਚੰਦਰੀ ਸਾਹਿਬ ਕਿਸੇ ਹੋਰ ਤੋਂ ਨਹੀਂ, ਉਹ ਸਵਾਲ ਜਿਹੜੇ ਹੈ ਪੰਜਾਬ ਸਰਕਾਰ ਤੋਂ ਹੋਏ। ਮੈਂ ਉਸ ਚਿੱਠੀ ਦੇ ਮੋਟੇ ਮੋਟੇ ਨੁਕਤੇ ਪੜ੍ਹ ਕੇ ਸੁਣਾਉਣਾ ਤੁਹਾਨੂੰ। ਪਹਿਲੇ ਨੰਬਰ 'ਚ ਲਿਖਦੇ ਹੈ, ਕਹਿੰਦੇ ਜੀ ਦਿੱਲੀ ਤੋਂ ਇੱਕ ਇੰਟੈਲੀਜੈਂਸ ਦੀ ਰਿਪੋਰਟ ਸੀ ਕਿ ਮੇਰੇ ਪੁੱਤਰ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਕਿਸ ਦੇ ਹੁਕਮਾਂ ਨਾਲ ਹਟਾਈ ਗਈ ਹੈ, ਫਿਰ ਸਿਕਿਉਰਿਟੀ ਦੇ ਦਸਤਾਵੇਜ਼ ਕਿਸ ਦੇ ਹੁਕਮਾਂ ਨਾਲ ਲੀਕ ਕੀਤੇ ਗਏ ਹਨ। 23 ਮਹੀਨਿਆਂ ਵਿੱਚ ਵੀ ਇਹਨਾਂ ਦੋਵਾਂ ਗੱਲਾਂ ਦੀ ਜਾਂਚ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ, ਇਸ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ? ਸਭ ਤੋਂ ਵੱਡਾ ਸਵਾਲ ਇਹ ਹੈ ਜਿਹੜਾ ਉਹਨਾਂ ਨੇ ਕੱਲ੍ਹ ਚਿੱਠੀ ਦਿੱਤੀ ਹੈ ਵੀ 23 ਮਹੀਨੇ ਹੋ ਗਏ, ਅਜੇ ਤੱਕ ਚਾਰਜਸ਼ੀਟ ਜਿਹੜੀ ਹੈ ਉਹ ਦਾਇਰ ਹੋ ਚੁੱਕੀ ਹੈ, ਚਾਰਜ ਫਰੇਮ ਨਹੀਂ ਹੋਏ, ਤੇ ਜਿੰਨੀ ਦੇਰ ਚਾਰਜ ਫਰੇਮ ਨਹੀਂ ਹੁੰਦੇ ਚੰਦੀ ਸਾਹਿਬ ਉਨੀ ਦੇਰ ਤੱਕ ਮੁਕੱਦਮਾ ਗਾਹ ਨਹੀਂ ਤੁਰਦਾ, ਉਹ ਉੱਥੇ ਦੇ ਉੱਥੇ ਖੜਾ ਹੈ। ਉਹ ਨਾਲ ਅਗਲੀ ਗੱਲ ਕਹਿੰਦੇ, ਦੂਜਾ ਉਹਨਾਂ ਨੇ ਪੁਆਇੰਟ ਬਣਾਇਆ ਵੀ 23 ਮਹੀਨਿਆਂ ਬਾਅਦ ਵੀ ਮੇਰੇ ਪੁੱਤਰ ਦੇ ਕਤਲ ਦੇ ਸੰਬੰਧ ਵਿੱਚ ਕੇਸ ਦੇ ਵਿੱਚ ਚਾਰਜ ਫਰੇਮ ਨਹੀਂ ਹੋਏ, ਮੈਂ ਜ਼ਿਕਰ ਕਰ ਹੀ ਦਿੱਤਾ ਹੈ। ਅਗਲੀ ਗੱਲ ਉਹ ਕਹਿੰਦੇ, ਕਹਿੰਦੇ ਸੈਂਕੜੇ ਅਪਰਾਧਾਂ ਵਿੱਚ ਨਾਮਜ਼ਦ ਗੈਂਗਸਟਰ ਭਾਰਤ ਸਰਕਾਰ ਵੱਲੋਂ ਆਤੰਕਵਾਦੀ ਘੋਸ਼ਿਤ ਕੀਤੇ ਗਏ, ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ? ਉਹਨਾਂ ਨਾਲ ਸੈਂਕੜੇ ਸਿਕਿਉਰਿਟੀ ਗਾਰਡ ਬਿਨਾਂ ਹੱਥਕੜੀਆਂ ਤੋਂ ਬਿਨਾਂ ਮੂੰਹ ਟੱਕੇ ਤੋਂ ਐਨਕਾਂ ਲਗਵਾ ਕੇ ਉਹ ਉਹਨੂੰ ਲੈ ਕੇ ਤੁਰੇ ਫਿਰਦੇ, ਤੇ ਮੀਡੀਆ ਉਹਨਾਂ ਨੂੰ ਹੀਰੋ ਬਣਾਉਣ ਦੇ ਵਿੱਚ ਮਦਦ ਕਿਉਂ ਕਰ ਰਿਹਾ? ਕਹਿੰਦੇ ਨੇ ਇਹ ਸਾਡੇ ਵਪਾਰੀਆਂ ਤੇ ਬੱਚਿਆਂ ਤੇ ਗੈਂਗਸਟਰਾਂ ਦਾ ਪ੍ਰਭਾਵ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਰਾਜਨੀਤਿਕ ਨੁਮਾਇੰਦੇ ਇਸ ਗੈਂਗਸਟਰਵਾਦ ਦੀ ਨੁਮਾਇਸ਼ ਤੇ ਚੁੱਪ ਕਿਉਂ ਹਨ? ਬਹੁਤ ਵੈਲਿਡ ਸਵਾਲ ਇਹਨਾਂ ਨੇ ਉਠਾਇਆ। ਅਗਲੀ ਗੱਲ ਉਹ ਕਹਿੰਦੇ ਕਿ ਸਿੱਧੂ ਕਤਲ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਅਸੀਂ ਕੁਝ ਨਾਮ ਸ਼ੱਕ ਦੇ ਆਧਾਰ ਤੇ ਸਬੂਤਾਂ ਸਮੇਤ ਨਾਮਜ਼ਦ ਕਰਨ ਲਈ ਦਿੱਤੇ ਸਨ, ਉਹਨਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾ ਰਿਹਾ? ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਬਾਅਦ ਵੀ ਉਸ ਸੰਬੰਧੀ ਫਾਈਲ ਨੂੰ ਠੰਡੇ ਵਾਸਤੇ ਵਿੱਚ ਕਿਉਂ ਪਾਇਆ ਗਿਆ?
ਆ ਜਿਹੜੇ ਜਿਹੜੇ ਨਾਰਕੋ ਟੈਸਟ ਹੁੰਦੇ ਆ ਨਾ ਜੀ, ਇਹ ਹੈ ਵੀ ਬੰਦਾ ਝੂਠ ਬੋਲਦਾ ਕੀ ਕਰਦਾ ਸਾਰਾ ਕੁਛ ਇਹਦੇ 'ਚ ਆ ਜਾਂਦਾ ਹੈ। ਅਗਲੀ ਗੱਲ ਉਹ ਕਹਿੰਦੇ ਕਹਿੰਦੇ ਕੇਸ ਵਿੱਚ ਨਾਮਜ਼ਦ ਦੋਸ਼ੀਆਂ ਤੋਂ ਜੇਲ੍ਹਾਂ ਵਿੱਚ ਬੈਠਿਆਂ 13 ਤੋਂ 14 ਵਾਰ ਮੋਬਾਈਲ ਫੋਨ ਫੜੇ ਗਏ ਹਨ। ਸਾਰੇ ਨਾਮਜ਼ਦ ਦੋਸ਼ੀ ਜੇਲ੍ਹਾਂ ਵਿੱਚੋਂ ਕੇਸ ਸੰਬੰਧੀ ਸਬੂਤਾਂ ਨੂੰ ਮਿਟਾਉਣ, ਸੰਬੰਧਿਤ ਗਵਾਹਾਂ ਨੂੰ ਧਮਕਾਉਣ ਲਈ ਫੋਨਾਂ ਦੀ ਦੁਰਵਰਤੋਂ ਕਰ ਰਹੇ ਹਨ। ਜੇਲ੍ਹਾਂ ਵਿੱਚ ਫੋਨਾਂ ਦੀ ਵਰਤੋਂ ਰੋਕਣ ਲਈ ਤੁਸੀਂ ਕੀ ਆਵਾਜ਼ ਚੁੱਕੋਗੇ? ਮਾਰਚ ਅਗਲਾ ਗੱਲ ਕਹਿੰਦਾ ਕਹਿੰਦਾ ਮਾਰਚ 2023 ਵਿੱਚ ਪੰਜਾਬ ਦੀ ਜੇਲ੍ਹ ਉਲੀਕ ਪੁਲਿਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ 2 ਇੰਟਰਵਿਊਜ਼ ਕਰਦਾ ਹੈ। ਕਿਸ ਦੇ ਹੁਕਮਾਂ ਨਾਲ ਉਹ ਇੰਟਰਵਿਊ ਕਰਵਾਈ ਗਈ, ਉਸ ਪਿੱਛੇ ਕੀ ਮਨਸ਼ਾ ਸੀ? ਮਾਨਯੋਗ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਜਾਂਚ ਲਈ ਹੋਰ ਸਮਾਂ ਮੰਗ ਰਹੀ ਹੈ। ਇਹ ਸਮਾਂ ਚੋਣਾਂ ਲੰਘਾਉਣ ਲਈ ਮੰਗਿਆ ਜਾ ਰਿਹਾ ਹੈ? ਇਹਨਾਂ ਚੋਣਾਂ ਵਿੱਚ ਇਸ ਗੰਭੀਰ ਸਾਜਿਸ਼ ਦੀ ਗੱਲ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਪੰਜਾਬ ਵਿੱਚ ਇੱਕ ਗੈਂਗਸਟਰ ਸ਼ਰੇਆਮ ਇੰਟਰਵਿਊ ਦੇ ਗਿਆ ਅਤੇ ਸਰਕਾਰ 13 ਮਹੀਨਿਆਂ ਬਾਅਦ ਵੀ ਇਸ ਦੀ ਜਾਂਚ ਤੇ 23 ਮਹੀਨਿਆਂ ਬਾਅਦ ਦੀ ਜਾਂਚ ਤੇ ਚੁੱਪ ਕਿਉਂ ਰਹੇ? ਇਹ ਸਭ ਕੁਝ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਵਪਾਰ ਤੇ ਸਿੱਧਾ ਅਸਰ ਕਰਦਾ ਹੈ। ਹੁਣ ਇਹ ਚੰਦੀ ਸਾਹਿਬ ਗੱਲਾਂ ਕਰਤੀਆਂ ਬਰਕੌਰ ਸਿੰਘ ਨੇ ਆਪਣੇ ਬੇਟੇ ਦੀ ਸਿੱਧੂ ਮੂਸੇਵਾਲੇ ਦੀ ਕਤਲ ਬਾਰੇ, ਪਰ ਇਹਦੇ ਨਾਲ ਇੱਕ ਸਵਾਲ ਹੋਰ ਖੜਾ ਹੁੰਦਾ ਹੈ। ਭਾਰਤ ਦਾ ਬਹੁਤ ਵੱਡਾ ਕਲਾਕਾਰ ਹੈ, ਅਦਾਕਾਰ ਹੈ, ਜਿਹਦਾ ਨਾਂ ਹੈ ਸਲਮਾਨ ਖਾਨ। ਸਲਮਾਨ ਖਾਨ ਨੂੰ ਕਤਲ ਕਰਨ ਦੀ ਸ਼ਰੇਆਮ ਧਮਕੀ ਆਪਣੀਆਂ ਇੰਟਰਵਿਊ ਦੇ ਵਿੱਚ ਦਿੱਤੀ ਹੈ ਲਾਰੈਂਸ ਬਿਸ਼ਨੋਈ ਨੇ। ਔਰ ਇਹ ਕੱਲੀ ਧਮਕੀ ਨੀ, ਅਮਲ ਚ ਆਪਾਂ ਉਹਦੇ ਦੇਖਦੇ ਕਿ ਗਾਹੇ ਬਗਾਹੇ ਉਹਦੇ ਘਰ ਦੇ ਉੱਤੇ ਅਟੈਕ ਵੀ ਹੁੰਦੇ ਹੈ। ਚਲੋ ਬੰਦਾ ਬੱਚਿਆ ਵੱਖਰੀ ਗੱਲ ਹੈ, ਪਰ ਉੱਥੇ ਫਾਇਰਿੰਗ ਵੀ ਹੁੰਦੀ ਹੈ। ਹੁਣ ਜਿਹੜੀ ਤਾਜ਼ਾ ਫਾਇਰਿੰਗ ਹੋਈ ਹੈ, ਉਸ ਫਾਇਰਿੰਗ ਦੇ ਸੰਬੰਧ ਵਿੱਚ ਇਹਨਾਂ ਨੇ ਕੁਛ ਗ੍ਰਿਫਤਾਰੀਆਂ ਵੀ ਕੀਤੀਆਂ। ਔਰ ਕੱਲ੍ਹ ਦੀਆਂ ਜਿਹੜੀਆਂ ਹੈਗੀਆਂ ਤੁਸੀਂ ਟੀਵੀ ਚੈਨਲਾਂ ਦੀਆਂ ਦੇਖੋ ਰਿਪੋਰਟਾਂ ਚੱਕ ਕੇ, ਉਹਦੇ ਵਿੱਚ ਕੁਛ ਹੋਰ ਹਥਿਆਰ ਬਰਾਮਦ ਹੋਏ ਆ, ਬੜੇ ਖਤਰਨਾਕ ਹਥਿਆਰ। ਔਰ ਇਹੀ ਇਹੋ ਜਿਹੇ ਹਥਿਆਰ ਹੀ ਜਦੋਂ ਉਹਦੀ ਜਿਹੜੀ ਹੈ ਸਿਕਿਉਰਿਟੀ ਹਟਾਈ ਗਈ ਸੀ ਜਾਂ ਉਹਦੀ ਸਿਕਿਉਰਿਟੀ ਘਟਾਈ ਗਈ ਸੀ, ਉਹ ਤੋਂ ਪਹਿਲਾਂ ਹੀ ਇਹ ਸਾਰੇ ਦੇ ਸਾਰੇ ਹਥਿਆਰ ਮਾਨਸਾ ਜ਼ਿਲ੍ਹੇ 'ਚ ਪਹੁੰਚ ਗਏ ਸੀ ਤੇ ਫਿਰ ਉਸ ਬੰਦੇ ਨੂੰ ਕਤਲ ਕਰ ਦਿੱਤਾ ਸੀ। ਸੋ ਮੇਰਾ ਮੰਨਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਜਿਹੜੇ ਸਵਾਲ ਉਠਾਏ ਹੈ, ਉਹ ਸਵਾਲ ਜਿਹੜੇ ਹੈ ਉਹ ਡਿਮਾਂਡ ਕਰਦੇ ਹੈ ਕਿ ਇਹਦੇ 'ਤੇ ਸਰਕਾਰ ਆਪਦਾ ਮੂੰਹ ਖੋਲੇ। ਸਿਰਫ ਇਸ ਗੱਲ ਨਾਲ ਕਿ ਬੰਦੇ ਦੇ ਖਿਲਾਫ਼ ਜਿਹੜੀ ਹੈਗੀ ਜੀ ਚਾਰਜਸ਼ੀਟ ਦਾਇਰ ਹੀ ਨਹੀਂ ਹੋਈ, ਉਹ ਬੰਦਾ ਬੇਗੁਨਾਹ ਨਹੀਂ ਸਾਬਤ ਹੋ ਜਾਂਦਾ? ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਸਰ ਅਜਿਹੇ ਬੰਦੇ ਆਮ ਆਦਮੀ ਪਾਰਟੀ ਦੇ ਆਲੇ ਦੁਆਲੇ ਕਿਉਂ ਘੁੰਮਦੇ ਹੈ? ਇਹ ਵੱਡਾ ਇੱਕ ਸਵਾਲ ਹੈ ਜਿਹਦਾ ਜਵਾਬ ਜਿਹੜੀ ਹੈ ਪੰਜਾਬ ਦੀ ਜਨਤਾ ਮੰਗਦੀ ਹੈ ਔਰ ਇਲੈਕਸ਼ਨ ਦੇ ਵਿੱਚ ਮੰਗਣਾ ਪੈਣਾ ਹੈ। ਤੇ ਮੇਰੇ ਖਿਆਲ ਮੁਤਾਬਕ ਸੰਗਰੂਰ ਦੇ ਵਿੱਚ ਇਹਦਾ ਹਿਸਾਬ ਕਿਤਾਬ ਮੀਤ ਹੇਅਰ ਸਾਹਿਬ ਨੂੰ ਦੇਣਾ ਪਊਗਾ ਜੀ।